जगमोहन सिंह पट्टी एडवोकेट यूट्यूब चैनल तो अज तुहाडे वास्ते सिंघां दी चढ़दी कला चढ़दी शान ते चढ़दी आन ते चढ़दी बाण ते ए सारा कुछ ये देखो सिख मुंडे ने किवें रीजनल दस्तार सजाईए और किवें ते किस हिसाब नाल इन्हें कीता है। बेटे की नाम है तुहाडा? नवजोत सिंह। कित्थों दे रहण वाले हो? गुरदासपुर। गुरदासपुर तो। अच्छा, खुड्डा जी। कित्थों दे रहण वाले हो? गुरदासपुर तो बिलोंग करदे। गुरदासपुर तो बिलोंग करदे हो और देखो गुरदासपुर की जिहड़ी चढ़त है उन्होंने अपनी पगड़ी दे विच किवें सवार के सिखी आन बान शान दे विच अज उन्होंने प्रगट की है। आ देखो छोटे छोटे बच्चे ये तुहाडे नाल ने और ये जिहड़े भी सिख संगत सिख पनीरी जिहड़ी आ रही है इन्हां दी एक जिहड़ी पहचान है खालसे दा साजना दिवस है और ये कितों कितों आए ने किन्नी दूरों दूरों आए ने इन्हां नाल गल कर लैने। बेटे कितों आए हो? असी मोहाली तो ही हैं जी। अच्छा तो, हाँ जी। अच्छा ते की करदे हो तुसी? असी मैं हुण 10th कर रहे हैं ते इस साल पेपर देने हैं 27 तो। अच्छा हाँ जी। तुसी बेटे मोहाली तो ही हैं? की कर रहे हो? 10th ही हैं, पेपर देने हैं। पेपर देने हैं, पेपरन की तैयारी कर रहे हो? हाँ जी। हाँ जी बेटे तुसी? मैं भी मोहाली तो। मोहाली तो पढ़ते हो? ਕਿਹੜੀ ਕਲਾਸ ਚ ਪੜ੍ਹਦੇ ਹੋ? ਛੇਵੀਂ ਚ? ਫਿਫਥ ਚ। ਅੱਛਾ ਹਾਂਜੀ ਮੋਹਾਲੀ ਤੋਂ ਹੀ ਹੈ ਜੀ। ਅੱਛਾ ਮੈਂ ਕਾਲਜ ਮੈਂ ਆਇਆ ਫਸਟ ਈਅਰ। ਕਾਲਜ ਦੇ ਵਿੱਚ ਪੜ੍ਹਦੇ ਹੋ ਤੁਸੀਂ ਔਰ ਡੇਲੀ ਦਸਤਾਰ ਸੇ ਜਾ ਕੇ ਜਾਂਦੇ ਹੋ ਤੁਸੀਂ? ਮੈਂ ਗੁਰਦਾਸਪੁਰ ਤੋਂ ਜੀ। ਔਰ ਦੇਖੋ ਇਹ ਵੀ ਇੱਕ ਆਨ ਬਾਨ ਸ਼ਾਨ ਸਿੱਖੀ ਸਿਰਜਣਾ ਸਿੱਖੀ ਪਹਿਚਾਣ ਕਿਵੇਂ ਅਤੇ ਕਿਸ ਹਿਸਾਬ ਨਾਲ ਹੋਈ ਹੈ ਤੁਸੀਂ ਇਹ ਦੇਖ ਲਓ। ਇਹ ਤੁਹਾਨੂੰ ਦਿਖਾ ਦਿੱਤੀ ਹੈ ਖਾਲਸੇ ਦੀ ਸ਼ਾਨ ਖਾਲਸੇ ਦੀ ਆਨ ਖਾਲਸੇ ਦੀ ਬਾਨ। ਗੁਰੂ ਸਾਹਿਬ ਨੇ ਤੁਹਾਨੂੰ ਅੱਜ ਦੇ ਦਿਨ ਜੇ ਇਹ ਕਿਹਾ ਜਾਏ ਜਦੋਂ ਪਰੇ ਦੀਵਾਨ ਵਿੱਚ ਕੇਸਗੜ੍ਹ ਦੇ ਕਲਗੀ ਵਾਲੜੇ ਆਣ ਲਲਕਾਰਿਆ ਸੀ ਉੱਠੋ ਦਿਓ ਇਹ ਕੋਈ ਸੀਸ ਮੈਨੂੰ ਆਪਣੇ ਸਿਦਕੀਆਂ ਤਾਂ ਮੰਗਾ ਰਿਹਾ ਸੀ। ਇਹ ਪਰ ਕੁਝ ਕੁ ਹਲਚਲ ਮਚ ਗਈ ਹਰ ਕੋਈ ਉੱਠ ਕੇ ਘਰੀ ਪਧਾਰਿਆ ਸੀ ਪਰ ਕੁਝ ਕੁ ਸਿਦਕੀ ਪਿਆਰਿਆਂ ਨੇ ਸੀਸ ਆਪਣੇ ਗੁਰਾਂ ਥੀ ਵਾਰਿਆ ਸੀ। ਇਹ ਦੇਖੋ ਸੀਸ ਦੇ ਉੱਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਆਨ ਬਾਨ ਸ਼ਾਨ ਨੂੰ ਇਹ ਬੱਚੇ ਪ੍ਰਗਟਾ ਰਹੇ ਨੇ ਔਰ ਉਹਨਾਂ ਵਾਸਤੇ ਵੀ ਇੱਕ ਸੁਨੇਹਾ ਲਾ ਰਹੇ ਨੇ ਜਿਹੜੇ ਦਸਤਾਰ ਤੋਂ ਦੂਰ ਹੋਈ ਜਾ ਰਹੇ ਨੇ ਔਰ ਇਹ ਵੀ ਬੱਚੇ ਜਿਹੜੇ ਨੇ ਪੜ੍ਹਦੇ ਨੇ ਦਸਤਾਰ ਨੂੰ ਸਜਾ ਕੇ ਸਾਰੇ ਕੰਮ ਕਰਦੇ ਨੇ ਸਾਰਾ ਕੁਛ ਪੜ੍ਹਾਈ ਵੀ ਕਰਦੇ ਨੇ ਕਾਲਜ ਵੀ ਜਾਂਦੇ ਨੇ ਸਕੂਲ ਵੀ ਜਾਂਦੇ ਨੇ ਅਤੇ ਜਿਹੜੇ ਸਾਡੇ ਕੁਛ ਬੱਚੇ ਐਸੇ ਜਿਹੜੇ ਹੈ ਇਸ ਗੱਲ ਤੋਂ ਇਸ ਰਾਹ ਤੋਂ ਦੂਰ ਜਾ ਰਹੇ ਨੇ ਉਹਨਾਂ ਲਈ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਹੈ ਇੱਕ ਨਸੀਹਤ ਇੱਕ ਵਰਦਾਨ ਇੱਕ ਪਹਿਚਾਣ ਇਹ ਕਿਵੇਂ ਬਣਨੀ ਹੈ ਇਹ ਦੇਖ ਲਓ ਤੁਸੀਂ। ਇਹ ਇੱਕ ਐਸੀ ਆਨ ਬਾਨ ਸ਼ਾਨ ਤੁਸੀਂ ਕਾਇਮ ਕਰ ਲਓ ਕਿ ਦੂਰੋਂ ਨਜ਼ਰ ਆਵੇ ਗੱਲਾਂ ਇੰਨੀਆਂ ਕੋਈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਔਰ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਏ ਹੋ ਔਰ ਤੁਸੀਂ ਵੀਡੀਓ ਵਿੱਚ ਸ਼ਾਮਿਲ ਹੋਏ ਹੋ। ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕੀ ਫਤਿਹ।